ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰੇ ਵੀਰ ਮੇਰੇ ਭੈਣ ਜੋ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ। ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਵੀ ਆਪਾਂ ਇੱਕ ਡਰਾਈਵਿੰਗ ਲਾਇਸੈਂਸ ਜੋ ਕਰਾਉਂਦੇ ਆ ਰਹੇ ਹਾਂ 3 ਸਾਲ ਤੋਂ, ਵੀ ਉਹਨਾਂ ਨੂੰ ਵੀ ਕਿਸ ਤਰੀਕੇ ਤਰ੍ਹਾਂ ਆਪਾਂ ਆਪਣੇ ਪੰਜਾਬੀਆਂ ਨੂੰ ਅੱਗੇ ਲੈ ਕੇ ਆ ਸਕਦੇ, ਜੋ ਇਹ ਸੋਚਦੇ ਨੇ ਵੀ ਇੱਕ ਲਾਇਸੈਂਸ ਔਖੀ ਚੀਜ਼ ਆ, ਬੋਲੀ ਔਖੀ ਆ, ਬੋਲੀ ਨਹੀਂ ਆਉਂਦੀ। ਇਹ ਉਹ ਸਾਰੇ ਦੇ ਲਈ ਇੱਕ ਮੈਸੇਜ ਆ ਜੋ ਆਪਾਂ ਅੱਜ ਤੁਹਾਨੂੰ ਮਿਲਾ ਰਹੇ ਹਾਂ, ਜੋ ਆਪਣੇ ਸਾਹਮਣੇ ਅੱਜ ਆਪਣੇ ਸਟੂਡੈਂਟ ਪਾਸ ਹੋਏ ਨੇ ਅਪ੍ਰੀਲੀਆ ਦੇ ਵਿੱਚੋਂ, ਜਿਨ੍ਹਾਂ ਦਾ ਨਾਮ ਵੀਰਪਾਲ ਕੌਰ ਆ। ਉਹ ਤੁਹਾਨੂੰ ਕੁਝ ਮੈਸੇਜ ਦੇਣਾ ਚਾਹੁੰਦੇ ਨੇ, ਕੁਝ 2 ਸ਼ਬਦ ਬੋਲਣਾ ਚਾਹੁੰਦੇ ਨੇ, ਕਿਵੇਂ ਲੱਗਾ ਉਹਨਾਂ ਨੂੰ ਸਾਡੇ ਕੋਲ ਪੜ੍ਹ ਕੇ ਨੀਟਾ ਅਤੇ ਲੱਕ ਡਰਾਈਵਿੰਗ ਲਾਇਸੈਂਸ ਵੱਲੋਂ। ਵੀਰਪਾਲ ਕੌਰ ਜੀ, ਪੜ੍ਹਾਉਣ ਦਾ ਤਰੀਕਾ ਬਹੁਤ ਅੱਛਾ, ਇੱਕ ਇਹਨਾਂ ਦੀ ਆਈ ਡੀ ਦੀ ਬਹੁਤ ਹੈਲਪ ਮਿਲ ਜਾਂਦੀ ਹੈ। ਮੈਨੂੰ 2.5 ਸਾਲ ਹੋਏ ਆ ਇੰਡੀਆ ਤੋਂ ਇੱਥੇ ਇਟਲੀ 'ਚ ਐਂਟਰ ਹੋਇਆ। ਲੈਂਗੁਏਜ ਦੀ ਵੀ ਪ੍ਰੋਬਲਮ ਸੀ, ਨਹੀਂ ਉਹ ਸਮਝ ਲੱਗਦੀ ਸੀ ਨਵੀਂ ਲੈਂਗੁਏਜ ਦੇ ਕਾਰਨ ਕਰਕੇ, ਅਤੇ ਬਟ ਪੜ੍ਹ ਕੇ ਬਹੁਤ ਵਧੀਆ ਲੱਗਿਆ, ਅੱਜ ਕਲੀਅਰ ਕਰ ਲਿਆ। ਸਭ ਅਤੇ ਬ੍ਰਦਰ ਨੇ ਬਹੁਤ ਮਿਹਨਤ ਕੀਤੀ ਆ, ਬਹੁਤ ਵਧੀਆ ਗੁੱਡ ਮੈਸੇਜ ਆ। ਵੀ ਜਿਹੜਾ ਕੋਈ ਨਹੀਂ ਕਰ ਸਕਦਾ, ਇਹ ਨਾ ਸੋਚੋ ਵੀ ਅਸੀਂ ਨਹੀਂ ਕਰ ਸਕਦੇ, ਬਟ ਕੁਛ ਵੀ ਅਨਸਕਸੈਸ ਨਹੀਂ ਹੁੰਦਾ, ਜੇ ਆਪਾਂ ਕਰਨਾ ਚਾਹੀਏ ਤਾਂ ਕਰ ਸਕਦੇ ਹਾਂ। ਜਦੋਂ ਨਵਾਂ ਨਵਾਂ ਲਾਇਸੈਂਸ ਸਟਾਰਟ ਕੀਤਾ ਸੀਗਾ, ਵੀ ਤੁਹਾਨੂੰ ਕੀ ਲੱਗਦਾ ਸੀਗਾ ਜਦੋਂ ਤੁਸੀਂ ਸਾਨੂੰ ਨਹੀਂ ਸੀ ਮਿਲੇ, ਤੁਹਾਨੂੰ ਵੀ ਕਿਵੇਂ ਲੱਗਦਾ ਸੀਗਾ ਵੀ ਲਾਇਸੈਂਸ ਲੈ ਪਾਵਾਂਗੇ ਜਾਂ ਨਹੀਂ ਲੈ ਪਾਵਾਂਗੇ, ਕਿੱਦਾਂ ਦਾ ਮਹਿਸੂਸ ਹੁੰਦਾ ਸੀਗਾ ਤੁਹਾਨੂੰ ਉਦੋਂ? ਸਰ ਬਹੁਤ ਔਖਾ ਲੱਗਦਾ ਸੀਗਾ, ਕਿਉਂ ਬਿਲਕੁਲ ਲੈਂਗੁਏਜ ਡਿਫਰੈਂਟ ਆ, ਤੇ ਇੱਕ ਇਦਾਂ ਲੱਗਦਾ ਸੀ ਵੀ ਕਿੱਦਾਂ ਕਰਾਂਗੇ, ਬਹੁਤ ਵੱਡਾ ਹੋਊਗਾ ਸੀ ਵੀ ਕਿੱਦਾਂ ਕਰਾਂਗੇ, ਨਹੀਂ ਇਮੇਜਿਨ ਹੀ ਨਹੀਂ ਸੀ ਕਰ ਸਕਦੇ ਵੀ ਅਸੀਂ ਕਦੇ ਕਰ ਲਾਂਗੇ, ਇਦਾਂ ਹੋਈ ਨਹੀਂ ਸੀਗਾ। ਅੱਜ ਤੁਸੀਂ ਪਾਸ ਹੋਏ ਨਾ, ਤੁਹਾਡਾ ਨਾਮ ਦਾ ਪੇਪਰ ਦੇਖੋ ਵੀਰਪਾਲ ਕੌਰ ਦਾ, ਆ ਪੇਪਰ ਇਹਨਾਂ ਦੀ ਜਿਹੜੀ ਫਾਈਲ ਆ, ਅੱਜ ਪਾਸ ਹੋਏ ਨੇ, ਤੁਹਾਨੂੰ ਅੱਜ ਪਾਸ ਹੋ ਕੇ ਕਿਵੇਂ ਦਾ ਮਹਿਸੂਸ ਹੋ ਰਿਹਾ, ਵੀ ਕਿਸ ਤਰੀਕੇ ਦਾ ਤੁਸੀਂ ਵੀ ਕੀ ਫੀਲਿੰਗ ਆ ਰਹੀ ਵੀ ਤੁਹਾਡੇ ਅੰਦਰ ਅੱਜ ਲਾਇਸੈਂਸ ਡਰਾਈਵਿੰਗ ਲਾਇਸੈਂਸ, ਚਲੋ ਗੁਈਦ ਦਾ ਤੁਸੀਂ ਕਰ ਹੀ ਲੈਣੇ ਨੇ, ਅੱਜ ਪੇਪਰ ਥਿਉਰੀ ਪੇਪਰ ਦੇ ਵਿੱਚ ਪਾਸ ਹੋ ਗਏ, ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਅੱਜ? ਸਰ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈਗਾ ਵੀ ਤੁਹਾਡੀ ਮਿਹਨਤ ਕਰਕੇ, ਜੇ ਤੁਸੀਂ ਇਦਾਂ ਦੇ ਕੰਮ ਕੀਤੇ ਅਸੀਂ ਅੱਗੇ ਕਰ ਸਕਦੇ ਹਾਂ, ਨਹੀਂ ਸਾਡੇ ਵਰਗੇ ਕੁਛ ਵੀ ਨਹੀਂ ਸੀ ਕਰ ਸਕਦੇ, ਬਟ ਪ੍ਰੋਬਲਮ ਆਉਂਦੀ ਸੀ ਲੈਂਗੁਏਜ ਦੇ ਕਰਕੇ, ਤਾਂ ਤੁਹਾਡੇ ਕਰਕੇ ਅਸੀਂ ਵੀ ਕਰ ਸਕਦੇ ਹਾਂ। ਸਾਰੇ ਪੰਜਾਬੀਆਂ ਲਈ ਇਹੀ ਮੈਸੇਜ ਆ ਵੀ ਜੇ ਕੋਈ ਕਰਨਾ ਚਾਹੁੰਦਾ ਤਾਂ ਬਹੁਤ ਵਧੀਆ, ਇਹਨਾਂ ਕੋਲ ਕਰੋ, ਬਹੁਤ ਵਧੀਆ ਹੈਗਾ ਸਰ ਦਾ ਪੜ੍ਹਾਉਣ ਦਾ ਵੀ ਇਹ ਵੀ, ਬਾਕੀ ਇਹਨਾਂ ਦੀ ਆਈ ਡੀ ਵੀ ਬਹੁਤ ਹੈਲਪਫੁੱਲ ਆ, ਜਿਹਦੇ ਕਰਕੇ ਪੰਜਾਬੀਆਂ ਨੂੰ ਲਾਇਸੈਂਸ ਕਰਨਾ ਹੋਰ ਵੀ ਜ਼ਿਆਦਾ ਸੌਖਾ ਹੋ ਗਿਆ। ਓਕੇ ਜੀ, ਬਾਕੀ ਤੁਹਾਨੂੰ ਇਹ ਵੀ ਦਿੱਤਾ ਜਾਵੇਗਾ ਵੀ ਅਪ੍ਰੀਲੀਆ ਦੇ ਵਿੱਚ 20 ਮਾਰਚ ਨੂੰ ਲਾਇਸੈਂਸ ਵੀ, ਯਾਨੀ ਕਿ ਗੱਡੀ ਦੇ ਲਾਇਸੈਂਸ ਦੀਆਂ 20 ਤਰੀਕ ਨੂੰ ਨਵੀਆਂ ਕਲਾਸਾਂ ਸਟਾਰਟ ਹੋ ਰਹੀਆਂ ਨੇ, ਚਾਹੇ ਉਹ 12 ਵਜੇ ਲਗਾਉਣਾ ਚਾਹੁੰਦਾ ਹੈ, ਚਾਹੇ ਉਹ 10 ਵਜੇ ਲਗਾਉਣਾ ਚਾਹੁੰਦਾ ਹੈ, ਜਿਸ ਮਰਜ਼ੀ ਟਾਈਮ ਟੇਬਲ 'ਤੇ ਮੈਨੂੰ ਆਣ ਕੇ ਇਨਫੋਰਮ ਕਰ ਸਕਦਾ ਹੈ। ਅਪ੍ਰੀਲੀਆ ਦਫ਼ਤਰ 8 ਤੋਂ 8 ਸ਼ਾਮ ਦੇ ਓਪਨ ਹੁੰਦਾ ਹੈ, ਜਦੋਂ ਮਰਜ਼ੀ ਮੈਨੂੰ ਆਣ ਕੇ ਮਿਲ ਸਕਦੇ ਹੋ। ਬਾਕੀ ਤੁਹਾਨੂੰ ਸਾਰਿਆਂ ਨੂੰ ਇਹ ਵੀ ਪਤਾ ਹੋਣਾ ਵੀ ਆਪਾਂ ਡਰਾਈਵਿੰਗ ਲਾਇਸੈਂਸ ਦੇ ਨਾਲ ਨਾਲ ਹੀ ਨੀਟਾ ਅਤੇ ਲੱਕ ਡਰਾਈਵਿੰਗ ਲਾਇਸੈਂਸ ਦੇ ਨਾਲ ਨਾਲ ਹੀ ਆਪਾਂ ਨੀਟਾ ਐਂਡ ਬ੍ਰਦਰਸ ਟਰੈਵਲ ਏਜੰਸੀ ਵੀ ਓਪਨ ਕੀਤੀ ਹੋਈ ਆ, ਜਿਸ ਮੇਰੇ ਵੀਰ ਨੂੰ ਟਿਕਟ ਕਰਾਉਣਾ ਚਾਹੁੰਦਾ ਹੈ, ਇਟਲੀ ਤੋਂ ਕਿਤੇ ਵੀ ਜਾਣਾ ਚਾਹੁੰਦਾ ਹੈ, ਤਾਂ ਤੁਹਾਨੂੰ ਆਣ ਕੇ ਕੰਟੈਕਟ ਕਰਨਾ, ਤੁਹਾਨੂੰ ਲੋਅ ਕੋਸਟ ਦੇ ਉੱਪਰ ਟਿਕਟਾਂ ਦਿੱਤੀਆਂ ਜਾਣਗੀਆਂ। ਤੁਸੀਂ ਵੀਜ਼ਾ ਫਾਈਲ ਭਰਨਾ ਚਾਹੁੰਦੇ ਹੋ, ਪੇਪਰ ਟ੍ਰਾਂਸਲੇਸ਼ਨ ਕਰਨਾ ਚਾਹੁੰਦੇ ਹੋ, ਜਾਂ ਕਿਸੇ ਹੋਰ ਵੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ, ਤਾਂ ਸਾਨੂੰ ਆਣ ਕੇ ਮਿਲੋ, ਸਾਡੇ ਦਿੱਤੇ ਹੋਏ ਨੰਬਰਾਂ ਦੇ ਉੱਪਰ ਸਾਨੂੰ ਫੋਨ ਕਰੋ। ਅਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਵੀ ਜਲਦ ਹੀ 35G ਦੀ ਕਲਾਸ ਸਟਾਰਟ ਹੋ ਰਹੀ ਹੈ ਅਪ੍ਰੀਲੀਆ ਦੇ ਵਿੱਚ,
ਬਾਕੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ, ਆਪਾਂ ਮਿਲਦੇ ਜੀ ਅਗਲੀ ਵੀਡੀਓ ਦੇ